अच्छा वैद साहब, तुहानूं हरियाणा की राजनीति का गब्बर सिंह कहते हैं और तुहाडे विरोधी कह रहे कि गब्बर सिंह जिहड़ी शोले फिल्म च जो हाल गब्बर सिंह दा सीगा उह तुहाडा पार्टी ने करता, कि इस फिल्म का क्लाइमैक्स चेंज करोगे? इलैक्शन है हुण, जे बीजेपी आती है तो तुसीं सीएम बनोगे? क्योंकि सीनियर मोस्ट बंदे हो, आई थिंक बीजेपी में 6-6 बार तुसीं जीते हो। जिहड़े बंदे कहिंदे ने उहनां दी सोच किस लैवल दी है और कहे बंदे कहते रहे मैं पता नहीं, पर मेरी जड़ी सोच है, मैं कभी भी कुछ बनने वास्ते पार्टी को मंगिया नहीं, कभी भी। मैं कभी नहीं किया कि मैं मंत्री बनाओ, मैं कभी नहीं किया कि मैं कोई होर अहुदा दो। पार्टी जड़ा दायित्व दिंदी है मैं उस दायित्व पर काम कर। पर फिर विद सब नाराजगी किस चीज़ दी सी जदों असी देखिया कि फेरबदल जड़ा है वो रातों रात हो गया, सीएम जड़े ने वो बदल दिते गए, कैबिनेट तो थोनू बाहर कर दिता गया, हालांकि तुसी खुल के बोले भी नहीं, पर जदों उत्थे कैबिनेट नू लेके चर्चा हो रही सी तुसी इत्थे गोलगप्पे खा रहे सी। तुसी इस तो अंदाजा लगा सकते हो कि मैं नाराज नहीं सी, ठीक है ना। वैसे एक गल हुई है उदन दा, जदों तुसी गोलगप्पे वाला सीन बताया ना, ਇੱਥੇ ਗੋਲਗੱਪਿਆਂ ਵਾਲਿਆਂ ਦੀਆਂ ਰੇੜੀਆਂ 'ਤੇ ਭੀੜ ਵੱਧ ਗਈ ਹੈ। ਸਾਰੇ ਬੱਚੇ ਮਾਂ ਪਿਓ ਨੂੰ ਕਹਿੰਦੇ ਨੇ ਕਿ ਜਦ ਅਨਿਲ ਵਿੱਚ ਗੋਲਗੱਪੇ ਖਾ ਸਕਦਾ ਤਾਂ ਅਸੀਂ ਕਿਉਂ ਨਹੀਂ ਖਾ ਸਕਦੇ, ਭੀੜ ਵੱਧ। ਦਰਅਸਲ ਮੈਂ ਕਾਫੀ ਟਾਈਮ ਤੋਂ ਮੁੱਖ ਮੰਤਰੀ ਜੀ ਨੂੰ ਕਹਿ ਰਿਹਾ ਸੀ ਕਿ ਮੈਨੂੰ ਮੰਤਰੀ ਪਦ ਤੋਂ ਰਿਲੀਵ ਕਰ ਦਿਉ, ਮੈਂ ਆਪਣੇ ਹਲਕੇ ਵਾਸਤੇ ਜ਼ਿਆਦਾ ਟਾਈਮ ਲਗਾਉਣਾ, ਮੈਂ ਜਿਹੜੇ ਇੱਥੇ ਇੰਨੇ ਵੱਡੇ ਵੱਡੇ ਪ੍ਰੋਜੈਕਟ ਲਗਾਏ ਨੇ ਉਹਨਾਂ ਨੂੰ ਮੇਰੀ ਲੋੜ ਸੀ ਕਿ ਮੈਂ ਦੌੜ ਭੱਜ ਕਰਕੇ ਉਹਨਾਂ ਦਾ ਕੰਮ ਕਰਾਂ। ਐਡੇ ਵੱਡੇ ਵੱਡੇ ਪ੍ਰੋਜੈਕਟਾਂ ਵਾਲਾ ਸ਼ਾਮੀ ਦੇ ਵਿੱਚ 10 ਸਾਲਾਂ ਦੇ ਵਿੱਚ ਮੈਂ ਬਣਾਏ ਨੇ, ਉਹਨਾਂ ਦਾ ਪੂਰਾ ਹੋਣਾ ਜ਼ਰੂਰੀ। ਇਸ ਕਾਰਨ ਉੱਦਾਂ ਇੱਕ ਓਪਰਚੁਨਿਟੀ ਸੀ, ਇੰਨੀ ਕੰਸਟੀਚਿਊਟ ਹੋ ਰਹੀ ਸੀ, ਮੈਂ ਸ਼ਾਮਿਲ ਨਹੀਂ ਹੋਇਆ। ਇੰਨੀ ਜੀ ਗੱਲ ਸੀ, ਪਾਰਟੀ ਤਾਂ ਕਹਿੰਦੀ ਰਹੀ ਮੈਨੂੰ, ਮੈਂ ਕਿਹਾ ਵੀ ਮੈਂ ਸ਼ਾਮਿਲ ਨਹੀਂ ਹੋਣਾ, ਮੈਂ ਕੋਈ ਰਿਐਕਟ ਵੀ ਨਹੀਂ ਕੀਤਾ, ਮੈਂ ਚੁੱਪ ਕਰਕੇ ਘਰ ਆ ਗਿਆ। ਆ ਕੇ ਜਿੱਦਾਂ ਤੁਸੀਂ ਦੱਸਿਆ ਅਸੀਂ ਗੋਲਗੱਪੇ ਖਾਧੇ, ਉੱਦਣ 25-26 ਗੋਲਗੱਪੇ ਖਾਧੇ ਸੀ। ਗੋਲਗੱਪੇ ਦੇ ਬਹੁਤ ਸਵਾਦ ਹੋਣਗੇ ਤਾਂ ਹੀ 25-26 ਖਾਧੇ। ਲੇਕਿਨ ਹੈਰਾਨੀ ਦੀ ਗੱਲ ਹੈ, ਇੱਕ ਚਿਹਰਾ ਜਿਹੜਾ ਹਰਿਆਣਾ ਦੇ ਵਿੱਚ ਬੀਜੇਪੀ ਦਾ ਜਿਹੜਾ ਬੇਦਾਗ ਹੈ, 9 ਸਾਲ ਤੁਸੀਂ ਹੈਲਥ ਮਿਨਿਸਟਰ ਵੀ ਰਹੇ ਔਰ ਗ੍ਰਹਿ ਮੰਤਰੀ ਵੀ ਰਹੇ, ਉਸਦੇ ਬਾਵਜੂਦ ਇੱਕ ਕਾਰ ਦੇ ਵਿੱਚ ਰਿਜ਼ਾਈਨ ਕਰਨ ਵੇਲੇ ਤੁਹਾਨੂੰ ਨਾਲ ਲੈ ਕੇ ਜਾਂਦੇ ਆ ਔਰ ਤੁਹਾਨੂੰ ਪਤਾ ਹੀ ਨਹੀਂ ਕਿ ਅਗਲਾ ਲੀਡਰ ਕੌਣ ਬਣੇਗਾ। ਬਿਲ 'ਚ ਤਾਂ ਇੱਕ ਵਾਰ ਤਾਂ ਆਇਆ ਹੋਵੇਗਾ ਕਿ ਵਿਦ ਅਨਿਲ ਵਿੱਚ ਦਾ ਵਕਤ ਆ ਗਿਆ, ਹੁਣ ਸੀਐਮ ਉਹ ਬਣਨਗੇ, ਨਹੀਂ ਉਹ ਪਾਰਟੀ ਨੂੰ ਫਾਇਦਾ ਵੀ ਹੁੰਦਾ। ਉਹ ਦੇਖੋ, ਮੈਂ ਝੂਠ ਤਾਂ ਬੋਲਦਾ ਨਹੀਂ, ਨਾ ਮੈਂ ਝੂਠ ਦੀ ਰਾਜਨੀਤੀ। ਇਹ ਗੱਲ ਠੀਕ ਹੈ ਕਿ ਮੈਨੂੰ ਆਖਰੀ ਟਾਈਮ ਤੱਕ ਪਤਾ ਨਹੀਂ ਸੀ ਕਿ ਅੱਜ ਸਾਡੇ ਪ੍ਰਦੇਸ਼ ਦਾ ਮੁੱਖ ਮੰਤਰੀ ਬਦਲਿਆ ਗਿਆ। ਮੁੱਖ ਮੰਤਰੀ ਸਾਹਿਬ ਨਾਲ ਲੈ ਗਏ ਸੀ ਰਿਜ਼ਾਈਨ ਕਰਨ ਲਈ, ਦੱਸਿਆ ਨਹੀਂ ਉਹਨਾਂ ਨੇ। ਜੇ ਤਾਂ ਅਸੀਂ ਇਕੱਠੇ ਸੀ, ਹੋਣਾ ਕੋਈ ਕਾਰਨ, ਨਹੀਂ ਦੱਸਣਾ ਚਾਹੁੰਦੇ ਹੋਣਗੇ, ਹੋਏਗਾ ਕੋਈ ਕਾਰਨ। ਕਿੰਨਾ ਫਰਕ ਕਿੰਨਾ ਪਿਆ ਹਰਿਆਣਾ ਦੀ ਇਲੈਕਸ਼ਨ ਤੋਂ ਪਹਿਲਾਂ? ਪੰਜਾਬ 'ਚ ਵੀ ਐਕਸਪੈਰੀਮੈਂਟ ਕੀਤਾ ਸੀ ਕਾਂਗਰਸ ਨੇ, ਬਹੁਤ ਜ਼ਿਆਦਾ ਚੱਲਿਆ ਨਹੀਂ। ਤੁਹਾਨੂੰ ਲੱਗਦਾ ਸੀਐਮ ਦਾ ਚਿਹਰਾ ਜਿਹੜਾ ਚੇਂਜ ਹੋਇਆ ਉਹਦੇ ਨਾਲ ਕੋਈ ਬੀਜੇਪੀ ਨੂੰ ਫਾਇਦਾ ਹੋਣ ਵਾਲਾ? ਇਹ ਸਾਡਾ ਸੀਐਮ ਦੇਖੋ ਸਾਰਾ ਦਿਨ ਭੱਜਦਾ ਫਿਰਦਾ, ਹਰ ਹਲਕੇ 'ਤੇ ਜਾ ਰਿਹਾ, ਸਾਰੇ ਥਾਂ 'ਤੇ ਕੰਮ ਕਰ ਰਿਹਾ, ਇਜ਼ ਗੋਇੰਗ। ਅਤੇ ਪਾਰਟੀ ਨੇ ਜੇ ਬਦਲਿਆ ਤਾਂ ਫਾਇਦੇ ਵਾਸਤੇ ਬਦਲਿਆ। ਅਤੇ ਮਨੋਹਰ ਲਾਲ ਦੀ ਕੀ ਕਮੀ ਸੀ ਫਿਰ 9 ਸਾਲ ਤੋਂ? ਨਹੀਂ, ਇਹ ਸੋਚਣਾ ਬਹੁਤ ਗਲਤ ਹੈ। ਇਲੈਕਸ਼ਨ ਤੋਂ ਪਹਿਲਾਂ ਆਪਣਾ ਸੋਚਣਾ ਕੈਪਟਨ ਬਦਲ ਦੇਣਾ ਗਲਤ ਹੈ, ਸੈਨਾਪਤੀ ਬਦਲ ਦੇਣਾ, ਦੇ ਵਿੱਚ ਕੋਈ ਕਮੀ ਸੀ ਤਾਂ ਬਦਲਿਆ। ਜਦਕਿ ਹਕੀਕਤ ਇਹ ਹੈ ਕਿ ਉਹਨਾਂ ਦੇ ਐਕਸਪੀਰੀਅੰਸ ਨੂੰ ਦੇਖਦੇ ਹੋਏ ਪਾਰਟੀ ਨੂੰ ਲੱਗਿਆ ਕਿ ਉਹਨਾਂ ਦੀ ਹੁਣ ਕੇਂਦਰ 'ਚ ਜ਼ਰੂਰਤ ਹੈ, ਅਤੇ ਪਾਰਟੀ ਨੇ ਉਹਨਾਂ ਨੂੰ ਕਿਹਾ ਵੀ ਇੱਥੋਂ ਹੁਣ ਤੁਸੀਂ ਛੱਡ ਕੇ ਤੁਸੀਂ ਕੇਂਦਰ 'ਚ ਆ ਜਾਓ, ਔਰ ਕੇਂਦਰ 'ਚ ਬਣਾਇਆ। ਪਰ ਕੇਂਦਰ ਹਟਾਉਣਾ ਉਹਨੂੰ ਕਹਿੰਦੇ ਆ ਜਿਹਨੂੰ ਹਟਾ ਕੇ ਘਰ ਭੇਜ ਦਿੱਤਾ, ਘਰ 'ਤੇ ਨਹੀਂ ਭੇਜਿਆ, ਉਹਨਾਂ ਨੂੰ ਅੱਛੀ ਪੋਸਟ 'ਤੇ ਕੇਂਦਰ ਦੇ ਵਿੱਚ ਮੰਤਰੀ ਬਣਾਇਆ। ਪਰ ਅਨਿਲ ਵਿੱਚ ਉਹਨਾਂ ਦੀ ਜ਼ਰੂਰਤ ਨਹੀਂ ਹੈ ਸੈਂਟਰ ਵਿੱਚ? ਤੁਸੀਂ ਪੁਰਾਣੇ ਬੀਜੇਪੀ ਦੇ ਹੋ, ਬੀਜੇਪੀ ਦਾ ਇੱਕ ਫੇਸ ਹੋ ਹਰਿਆਣਾ 'ਚ, ਕਿਉਂਕਿ ਬਹੁਤ ਸਾਰੇ ਲੋਕ ਮਨੋਹਰ ਲਾਲ ਜੀ ਨੂੰ ਜਾਣਦੇ ਨਹੀਂ ਸੀ 10 ਸਾਲ ਪਹਿਲਾਂ, ਔਰ ਅਗਰ ਬੀਜੇਪੀ ਦੀ ਹੋਂਦ ਸੀ ਹਰਿਆਣਾ ਵਿੱਚ ਤਾਂ ਇੱਕ ਸਖਤ ਸੀ, ਸਾਰੇ ਕਹਿੰਦੇ ਸੀ ਫਕੀਰ ਬਾਬਾ, ਤੁਹਾਨੂੰ ਬਾਬਾ ਵੀ ਕਹਿੰਦੇ ਇੱਥੇ, ਸੋ ਲੱਗਦਾ ਨਹੀਂ ਸੀ ਦਿੱਲੀ ਲੋੜ ਆ। ਦੇਖੋ ਜਦੋਂ ਪਾਰਟੀ ਨੂੰ ਲੱਗੇਗਾ, ਜਦੋਂ ਪਾਰਟੀ ਜੋ ਕਹੇਗੀ ਮੈਂ ਉਹ ਕਰਾਂਗਾ, ਮੇਰਾ ਮੈਂ ਹਮੇਸ਼ਾ ਉਹੀ ਕੀਤਾ। ਰਾਜਨੀਤੀ 'ਚ ਗੋਡਫਾਦਰ ਨਾ ਹੋਵੇ ਤਾਂ ਨੁਕਸਾਨ ਹੁੰਦਾ, ਕਿਉਂਕਿ ਤੁਸੀਂ ਰਾਜਨੀਤੀ ਇੱਥੇ ਚਾਹ ਪੀਂਦੇ ਗੁਜ਼ਾਰਤੀ, ਲੋਕ ਜਿਹੜੇ ਆ ਦਿੱਲੀ ਜਾ ਕੇ ਗੁਰੂ ਬਣਾਏ ਔਰ ਅੱਗੇ ਨਿਕਲ ਗਏ। ਸੱਚ ਹੈ ਕਿ ਮੈਂ ਕੋਈ ਗੋਡਫਾਦਰ, ਮੈਂ ਕਿਸੇ ਬੰਦੇ ਦੇ ਨਾਲ ਬੰਨਿਆ ਦਾ ਨਹੀਂ, ਮੈਂ ਪਾਰਟੀ ਦੀ ਵਿਚਾਰਧਾਰਾ ਦੇ ਨਾਲ ਬੰਨਿਆ ਔਰ ਪਾਰਟੀ ਦੀ ਵਿਚਾਰਧਾਰਾ ਵਾਸਤੇ ਹੀ ਕੰਮ ਕਰਨਾ। ਪਰ ਉਸ ਵਿਚਾਰਧਾਰਾ ਨੇ ਬਰਵਾਸ ਕਟਾ ਦਿੱਤਾ ਸੀ, ਕਈ ਸਾਲ ਤੁਹਾਨੂੰ ਬਾਹਰ ਰਹਿਣਾ ਪਿਆ ਪਾਰਟੀ 'ਚ।
ਉਹਨੇ ਜਦ ਉਹਨਾਂ ਨੇ ਕਹਿਤਾ ਛੱਡ ਦਿਓ ਤੇ ਅਸੀਂ ਛੱਡਤਾ। ਫਿਰ ਸਾਲ ਬਾਅਦ ਇਲੈਕਸ਼ਨ ਆ ਗਏ, ਇੱਥੋਂ ਦੀ ਜਨਤਾ ਨੇ ਕਿਹਾ ਵੀ ਤੁਸੀਂ ਚੁਣਾਵ ਲੜੋ। ਮੈਂ ਕਿਹਾ ਮੈਂ ਤਾਂ ਨਹੀਂ ਲੜਦਾ ਪਾਰਟੀ ਦੇ ਖਿਲਾਫ, ਮੈਨੂੰ ਉਹਨਾਂ ਨੇ ਕਿਹਾ ਪਾਰਟੀ ਤੋਂ ਤੁਸੀਂ ਹੈ ਹੀ ਨਹੀਂ, ਸਾਲ ਹੋ ਗਿਆ ਤੁਹਾਨੂੰ ਬੁਲਾਇਆ ਕਿਸੇ ਨੇ? ਮੈਂ ਕਿਹਾ ਨਹੀਂ ਬੁਲਾਇਆ। ਕਹਿੰਦੇ ਫਿਰ ਹੁਣ ਤੁਸੀਂ ਲੜ ਸਕਦੇ ਹੋ। ਅਤੇ ਜਨਤਾ ਨੇ ਲੜਾਇਆ, ਜਨਤਾ ਨੇ 3 ਚੁਣਾਵ ਲੜਾਏ। 14 ਸਾਲ ਮੈਂ ਬਾਹਰ ਰਿਹਾ ਅਤੇ 2 ਮੈਂ ਜਿੱਤਿਆ, 1 'ਚ ਮੈਂ 562 ਵੋਟਾਂ ਤੋਂ ਹਾਰਿਆ। ਉਸ ਤੋਂ ਬਾਅਦ ਫਿਰ ਪਾਰਟੀ ਨੇ ਕਿਹਾ ਕਿ ਬਈ ਨਹੀਂ ਤੁਸੀਂ ਪਾਰਟੀ ਤੋਂ ਲੜੋ, ਅਤੇ ਜਦੋਂ ਪਾਰਟੀ ਨੇ ਕਿਹਾ ਤਾਂ ਫਿਰ ਮੈਂ ਪਾਰਟੀ ਤੋਂ ਲੜਿਆ। ਹੁਣ ਮੈਂ 3 ਵਾਰ ਲਗਾਤਾਰ ਪਾਰਟੀ ਤੋਂ ਜਿੱਤਿਆ ਦਾ, ਔਰ ਇਸ ਵਾਰੀ ਜਨਤਾ ਮੌਕਾ ਦੇਗੀ ਤਾਂ ਚੌਕਾ ਲੱਗੇਗਾ।